ਆਮ ਆਦਮੀ ਖਾਸ ਨਹੀਂ ਆਮ ਆਦਮੀ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਸਾਡੇ ਮੁਲਕ ਦਾ ਸੁਧਾਰ ਹੋ ਸਕੇ। ਜਿਹੜਾ ਨਸ਼ੇ 'ਚ ਜਵਾਨ ਪੀੜ੍ਹੀਆਂ ਬਰਬਾਦ ਹੋਈਆਂ, ਜਿਹਨਾਂ ਦੇ ਇੱਕੋ ਇੱਕ ਬੱਚੇ ਸੀ, ਉਹ ਕਿੱਦਾਂ ਨਸ਼ਿਆਂ 'ਚ ਖਤਮ ਹੋਏ ਆ, ਉਹਨਾਂ ਮਾਂ ਪਿਓ ਨੂੰ ਜਾ ਕੇ ਪੁੱਛੋ। ਤੇ ਸਰਦਾਰ ਬਾਦਲ ਦੀ ਜਿਹੜੀ ਸਰਦਾਰ ਕਹਿਣਾ ਚਾਹੀਦਾ ਸੀ, ਨਹੀਂ ਕਹਿਣਾ ਤੇ ਸਰਦਾਰ ਨੂੰ ਸਰਦਾਰ ਕਵਾਂਗੇ, ਕਿਉਂਕਿ ਸਾਡੇ ਗੁਰੂ ਜੀ ਨੇ ਸਾਨੂੰ ਇਹ ਪੱਗ ਦੀ ਜਿਹੜੀ ਸੀ ਦਾਤ ਬਖਸ਼ੀ ਸੀ ਪੱਗ ਦੀ, ਉਹਨਾਂ ਨੇ ਲਾਜ ਨਹੀਂ ਰੱਖੀ ਉਸ ਪੱਗ ਦੀ, ਉਸ ਪੱਗ ਨੂੰ ਉਹਨਾਂ ਬਰਬਾਦ ਕਰਤਾ, ਜਿਹੜਾ ਪੰਜਾਬ ਉਹ ਨਸ਼ਿਆਂ 'ਚ ਬਰਬਾਦ ਹੋ ਗਿਆ। ਸਾਨੂੰ ਪਤਾ ਸਾਡੇ ਘਰਾਂ ਦੇ ਬਹੁਤ ਜਵਾਨ ਬੱਚੇ ਗਏ ਆ, ਇਸ ਕਰਕੇ ਅਸੀਂ ਕਹਿੰਦੇ ਉਹਨਾਂ ਨੂੰ ਵੋਟ ਦਿਓ ਜਿਹੜੇ ਸੁਧਾਰ ਕਰ ਸਕਣ। ਆਮ ਆਦਮੀ ਜਿੰਦਾਬਾਦ ਹੋਏਗੀ, ਇਹ ਸੁਧਾਰ ਲਿਆਏਗੀ, ਇਹ ਲੱਗ ਰਿਹਾ ਕਿ ਸੁਧਾਰ ਲਿਆਏਗੀ, ਸੱਚਮੁੱਚ ਸੁਧਾਰ ਲਿਆਏਗੀ, ਕਿਉਂਕਿ ਤੁਸੀਂ ਇਹਨਾਂ ਦਾ ਸਾਥ ਦਿਓਗੇ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।